मेरे साए की स्कूटरी लेके दिती थी भी चल धुप्पे धप्पे इधर भग जा करूगी भैन दी साफ मैनू करनी पैंदी आ इन्नी भी माड़ा मोटा हाथ हिला ले भैन दा तीन बारी सौकर बदलाते पता नहीं किवें चलाउंदी आ भैन दा दस की दू मोटरसाइकिल इह जिहड़ा नी रेस दिन्नी आ तूं इहदी ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਆ ਵਧੀਆ ਬਈ ਮੋਟਰਸਾਈਕਲ ਲੈ ਕੇ ਜਾਣਾ ਸੀਗਾ ਆਪਾਂ ਮੋਟਰਸਾਈਕਲ ਯਾਰ ਚੱਲ ਲੈ ਜਾ ਬਈ ਮੈਂ ਕੱਲ੍ਹ ਨੂੰ ਸ਼ਾਮ ਨੂੰ ਖੜਾ ਕੇ ਜਾਊਂਗਾ ਕਿਉਂ ਕੱਲ੍ਹ ਨੂੰ ਕਾਹਤੋਂ ਬੀਬੀ ਨੂੰ ਲੈ ਕੇ ਜਾਣਾ ਭੂਆ ਕੋਲੇ ਅੱਛਾ ਹਾਂਜੀ ਚੱਲ ਲੈ ਜਾ ਕੋਈ ਨਾ ਕਰੀ ਹੌਲੀ ਚਲਾਈ ਯਾਰ ਹਾਂ ਹਾਂ ਬਈ ਨਾ ਤੇਲ ਪਵਾ ਲਈਆਂ 50 ਰੁਪਈਆਂ ਦਾ ਪਵਾਇਆ ਦੀ ਚੰਗਾ ਕੋਈ ਗੱਲ ਨਹੀਂ ਬਈ ਚਾਬੀ ਵਿੱਚੀ ਪਈ ਆ ਚੰਗਾ ਬਈ ਚੰਗਾ ਦੇਖ ਕੇ ਲੈ ਕੇ ਜਾਈ ਉਖੜੀ ਆਖੜੀ ਤੋਂ ਹੋਰ ਆ ਆਜੋ ਜੀ ਲੈ ਚਾਹ ਪੀ ਲਓ ਲਿਆ ਹਰਜਿੰਦਰ ਮੈਨੂੰ ਫੜਾ ਗਲਾ ਤੂੰ ਮੰਜਾ ਇੱਧਰ ਲੈ ਕੇ ਅੱਜ ਵਧੀਆ ਹਵਾ ਚੱਲਦੀ ਆ ਕਾਹਨੂੰ ਬਿੱਲ ਫੁੱਕਣਾ ਚਾਹ ਪੀ ਜਾ ਓਏ ਪੀ ਜਾ ਕੁੱਟਾ ਉਹ ਪੀ ਜਾ ਚੰਗਾ ਬਈ ਨਾ ਪੀ ਦੇਖ ਕੇ ਲੈ ਕੇ ਜਾਈ ਚੰਗਾ ਮੇਰਾ ਹਾਲ ਚਲਾ ਵੀ ਲੈਣਾ ਤੂੰ ਫੜੀ ਹਰਜਿੰਦਰ ਚਾਹ ਹੈਂ ਥੋੜੀ ਜੀ ਉਹ ਹੋ ਜਾਂਦੀ ਆ ਥੋੜੀ ਜੀ ਦੱਬ ਕੇ ਮਾਰਿਆ ਕਰ ਲੈ ਜਾ ਕਿੱਧਰ ਦੀ ਜਾਏਗਾ ਓਏ ਸਲਾਮ ਨਾਕਾ ਹੁੰਦਾ ਦੇਖ ਕੇ ਜਾਈ ਕਿਤੇ ਮੇਰਾ ਹੱਥ ਚਲਾਣ ਕੱਟਾ ਤੇ ਲਿਆ ਹਰਜਿੰਦਰ ਪੀਏ ਜ਼ਿਆਦਾ ਗਲਾਸ ਮੌਸਮ ਜਿਹਾ ਵਧੀਆ ਹੋ ਰਿਹਾ ਹੈ ਨਾ ਰੋਮੈਂਟਿਕ ਰੋਮੈਂਟਿਕ ਜਿਹਾ ਹੋ ਰਿਹਾ ਲੱਗਦਾ ਮੀਂਹ ਪੈਂਦਾ ਦੜਬੇ ਕਿ ਨਹੀਂ ਤੱਤੀ ਤੱਤੀ ਜਾ ਵੀ ਨਾ ਸਵਾਦ ਦੇਖੀ ਹੁੰਦਾ ਜੀ ਮੇਰੀ ਗੱਲ ਸੁਣਦੇ ਹੋ ਹਾਏ ਜੀ ਮੈਨੂੰ ਲੱਗਦਾ ਮੌਸਮ ਦਾ ਅਸਰ ਹੋ ਗਿਆ ਹਨਾ ਪੂਰੀ ਗੱਲ ਤਾਂ ਸੁਣ ਲਿਆ ਕਰੋ ਚੱਲ ਦੱਸ ਦੇ ਮੈਨੂੰ ਸੋਨੂੰ ਮੋਨੂੰ ਤੇ ਸਟਿੰਗ ਲਿਆ ਦੋ ਮੇਰੇ ਸਾਰੇ ਦਾ ਤਰਤਾ ਹਿਰਨ ਡੀ ਰੋਣਾ ਰੋ ਪਹਿਲਾਂ ਸੋਨੂੰ ਮੋਨੂੰ ਪੂਜਿਆ ਹੋਣਾ ਨਵਾਂ ਬੈੱਡ ਲਾ ਲਿਆ ਕੋਈ ਸਟਿੰਗ ਕੀ ਹੁੰਦਾ ਇਹ ਲੈ ਰੋਜ਼ ਤਾਂ ਆਪਾਂ ਮਸ਼ਹੂਰੀ ਦੇਖਦੇ ਆ ਟੀਵੀ ਚ ਕਿਹੜੀ ਮਸ਼ਹੂਰੀ ਉਹ ਜਿਹੜੀ ਅਸਕੇ ਕੁਮਾਰ ਦਿੰਦਾ ਸਟਿੰਗ ਦੀ ਪਿੰਦੇ ਹੋਏ ਓਹੋ ਮੇਰੇ ਸਾਲੇ ਦਾ ਲਹੂ ਜਾ ਆਹੋ ਉਹੀ ਬਿਮਾਰ ਹੋ ਜਾਏਗੀ ਹੱਡ ਖੋਰਦਾ ਹੋ ਗੁਜਰਾਲਾ ਗੁਰੂ ਕਹਿੰਦਾ ਨਹੀਂ ਮੈਨੂੰ ਮੈਂ ਨਹੀਂ ਹੁੰਦੀ ਤੂੰ ਲਿਆ ਤਾਂ ਦੇ ਲਿਆ ਦੇ ਤੈਨੂੰ ਮੈਂ ਨਹੀਂ ਲਿਆ ਕੇ ਦਿੰਦਾ ਮੇਰੇ ਸਾਲੇ ਦਾ 20,000 ਰੁਪਇਆ ਉਹਦੇ ਕਿਹੜੀ ਕਰਾਦਾ ਮੇਰਾ ਮੈਂ ਨਹੀਂ ਲਿਆ ਕੇ ਦਿੰਦਾ ਭੈਣ ਦੀ ਮਰਾ ਗਿਆ ਲਿਆ ਦੇ ਤੂੰ ਸਟਿੰਗ ਹੁਣ ਨਵਾਂ ਸੇੜ ਲਿਆ ਕੋਈ ਫਾਨਾ ਮੈਂ ਕੁਛ ਤਾਂ ਲਿਆ ਦਿਆ ਖਰ ਲਿਆ ਕੇ ਤਾਂ ਦਿੱਤਾ ਜਦੋਂ ਭੂਜੀਆ ਪੈਟ ਕੇ ਖਾ ਵੀ ਗਈ ਲੈ ਇੰਨੀ ਕੁ ਤਾਂ ਹੁੰਦੀ ਆ ਉਹਦੇ 'ਚ ਇੰਨੀ ਕੁ ਹੁੰਦੀ ਆ ਮੇਰੇ ਸਾਲੇ ਦਾ ਹੋਰ ਹੀ ਸਿਆਪਾ ਛਿੜ ਕੇ ਬਹਿ ਜਾਂਦੀ ਆ ਨਿੱਤ ਨਵਾਂ ਲਿਆਂਦਾ ਨਹੀਂ ਮੈਂ ਨਹੀਂ ਲਿਆਉਂਦਾ ਯਾਰ ਚੁੱਪ ਕਰਕੇ ਆਪਦਾ ਹੋਰ ਖਾ ਲੈ ਗਾ ਰੋਟੀ ਖਾ ਲੈ ਆਪ ਆਤਮ ਬਤਮ ਚੀਜ਼ਾਂ ਜਾਂ ਪਤਾ ਨਹੀਂ ਕਿੱਥੋਂ ਸਿੱਖੀ ਆ ਮਾਂ ਵਰਗੀ ਖਾਣੀਆਂ ਸੱਚੀ ਨਹੀਂ ਲਿਆ ਕੇ ਦਿੰਦਾ ਮੈਂ ਤਾਂ ਲਿਆ ਕੇ ਦਿੰਦਾ ਨਹੀਂ ਯਾਰ ਮੈਂ ਤਾਂ ਇੱਕ ਵਾਰੀ ਕਹਾ ਦੋ ਵਾਰੀ ਕਹਾ ਮੈਂ ਨਹੀਂ ਲਿਆ ਕੇ ਦਿੰਦਾ ਉਹਦੇ ਕੁਲਚੇ ਖਾ ਗਈ ਆਹੀ ਖਾਂਦੀ ਪੀਂਦੀ ਰਹਿੰਦੀ ਆ ਸਾਰਾ ਦਿਨ ਏਦਾਂ ਨਹੀਂ ਮੈਨੂੰ ਲੱਗਦਾ ਇਹ ਲਿਆ ਕੇ ਦਿੰਦਾ ਹਰਜਿੰਦਰ ਕੌਰੇ ਲੱਗਦਾ ਜੋਤਾਂ ਵਾਲੇ ਬਾਬੇ ਨੂੰ ਬੁਲਾਉਣਾ ਹੀ ਪੈਣਾ ਕਰਨਾ ਹੀ ਪੈਣਾ ਥੋੜਾ ਜਿਹਾ ਡਰਾਮਾ ਉਹ ਹਰਜਿੰਦਰ ਉਹ ਆਂਡੇ ਜੇ ਕਿੱਥੇ ਪਏ ਨੇ ਹਾਏ ਬਾਬੇ ਆ ਗਏ ਬਾਬਾ ਜੀ ਬਾਬਾ ਜੀ ਅੱਜ ਤਾਂ ਸੁਨੇਹੀ ਆ ਗਏ ਜੀ ਅੱਗੇ ਤਾਂ ਆਥਣੇ ਆਉਂਦੇ ਹੁੰਦੇ ਹੋ ਜੀ ਮੈਂ ਮੈਨੂੰ ਬੁਲਾਇਆ ਗਿਆ ਮੈਂ ਆਇਆ ਨਹੀਂ ਕਿਹਨੇ ਬੁਲਾਇਆ ਜੀ ਤੁਹਾਨੂੰ ਮੇਰੀ ਚੇਲੀ ਨੇ ਅੱਛਾ ਜੀ ਬਾਬਾ ਜੀ ਹੁਣ ਕੀ ਹੋ ਗਈ ਜੀ ਸਾਥੋਂ ਭੁੱਲਾ ਹੁਣ ਤਾਂ ਸਾਰਾ ਕੁਝ ਕਰੀ ਜਾਂਦੇ ਜੀ ਤਾਨਾ ਦੇ ਮੱਥਾ ਸੀ ਟੇਕਤਾ ਜੀ ਉਹ ਤੂੰ ਮੇਰੀ ਚੇਲੀ ਨੂੰ ਦੁਖੀ ਕਰਦਾ ਬਾਬਾ ਜੀ ਮੈਂ ਕੀ ਕਿਹਾ ਜੀ ਕੁਛ ਨਹੀਂ ਕਿਹਾ ਜੀ ਮੈਂ ਕਹਿਣਾ ਨਹੀਂ ਮੰਨਦਾ ਬਾਬਾ ਜੀ ਮੈਂ ਇਸ ਮੰਨੀ ਤਾਂ ਜਾਣਾ ਜੀ ਸਕੂਟਰੀ ਲੈ ਕੇ ਦੇਤੀ ਕੁਲਚੇ ਲਿਆ ਕੇ ਮੈਂ ਦਿੰਦਾ ਜਿਹੜੀ ਤੁਸੀਂ ਉੱਤੇ ਕਿਹਾ ਦੀ ਜੀ ਬਸ ਝੂਠ ਬੋਲਦਾ ਕਿਉਂ ਜੀ ਜੋ ਮੰਗਦੀ ਆ ਲਿਆ ਕੇ ਨਹੀਂ ਦਿੰਦਾ ਬਾਬਾ ਜੀ ਲਿਆ ਕੇ ਤਾਂ ਦਿੰਦਾ ਜੀ ਸੋਨੂੰ ਮੋਨੂੰ ਕਦ ਲਿਆ ਕੇ ਆਇਆ ਸੋਨੂੰ ਮੋਨੂੰ ਜੀ ਹਾਂ ਹੁਣ ਮੰਗਿਆ ਤੀ ਜੀ ਮੈਂ ਤਾਂ ਥੋੜਾ ਜਿਹਾ ਉੱਚਾ ਬੋਲਿਆ ਗਿਆ ਜੀ ਲਿਆ ਕੀ ਦਿੰਦਾ ਦੀ ਬਸ ਜੀ ਸਟਿੰਗ ਵੀ ਨਹੀਂ ਲਿਆ ਕੇ ਦਿਆ ਹਾਂ ਉਹ ਲਹੂ ਜਾ ਵੀ ਸੱਚ ਮੰਗਦੀ ਤੀ ਜੀ ਕੋਈ ਨਾ ਬਾਬਾ ਜੀ ਲਿਆ ਦੂੰ ਜੀ ਝੂਠ ਬੋਲਦਾ ਤੂੰ ਲਿਆ ਕੇ ਦਿੰਦਾ ਮੁੱਕਰ ਜਾਂਦਾ ਨਾ ਬਾਬਾ ਜੀ ਹੁਣ ਲਿਆ ਦੂੰ ਜੀ ਬਸ ਜਾਂਦੀ ਤੀ ਜੀ ਮੈਂ ਤਾਂ ਚੌੜ ਕਰਦਾ ਤੀ ਕਹਦੇ ਨਾਲ ਹੀ ਬੋਲ ਪੈ ਜੀ ਰੁੱਕਾ ਇੱਕ ਤਾਂ ਬੋਲਦਾ ਬਹੁਤ ਹੈ ਤੂੰ ਬਾਬਾ ਜੀ ਇਹ ਵੀ ਬਾਲਾ ਬੋਲਦੀ ਹੈ ਜੀ ਬੱਡੂ ਖੂਨ ਪੈਂਦੀ ਹੈ ਜੀ ਮੈਂ ਉਹ ਤਾਂ ਐਂ ਬੋਲੂ ਅੱਛਾ ਜੀ ਉਹ ਐਂ ਬੋਲੂ ਹੈ ਜੀ ਐਂ ਬੋਲੂ ਠੀਕ ਹੈ ਜੀ ਮੰਨਿਆ ਕਰੋ ਦੀ ਬਾਬਾ ਜੀ ਮੰਨਦਾ ਜੀ ਤੁਹਾਨੂੰ ਵੀ ਮੰਨਦਾ ਹੁਣ ਤਾਂ ਦੋ ਚਿਰਾਗ ਲਾਉਣ ਲੱਗ ਗਏ ਜੀ ਅਸੀਂ ਦੋ ਬੱਤੀਆਂ ਪਾ ਕੇ 10 ਵਜੇ ਲਿਆਏਗਾ ਹਾਂ ਜੀ ਲਿਆਉਂਗਾ ਬਾਬਾ ਜੀ ਲਿਆ ਦੂੰ ਬਾਬਾ ਜੀ ਐਂ ਨਾ ਤੁਸੀਂ ਆਪਦੀ ਡੋਲੀ ਨੂੰ ਤੰਗ ਕਰਿਆ ਕਰੋ ਜੀ ਠੀਕ ਹੈ ਹਾਂ ਐਂ ਨਾ ਜੀ ਆਪਦੀ ਚੇਲੀ ਨੂੰ ਤੰਗ ਕਰਿਆ ਕਰੋ ਜੀ ਹਾਂ ਇੱਕ ਤਾਂ ਤੈਨੂੰ ਬੋਲਣਾ ਨਹੀਂ ਆਉਂਦਾ ਨਾ ਜੀ ਕੋਈ ਨਾ ਜੀ ਐਂ ਕੋਈ ਨਾ ਜੀ ਐਂ ਨਾ ਕਰੋ ਬਾਬਾ ਜੀ ਚੱਲ ਜਾ ਫਿਰ ਲੈ ਕੇ ਆ ਲਿਆ ਦੇਣਾ ਬਾਬਾ ਜੀ ਕੋਈ ਨਾ ਬਾਬਾ ਜੀ ਘਰੇ ਵੀ ਮਾਰ ਲਉਂਦੇਗਾ ਜੀ ਹੁਣ ਤਾਂ ਜਵਾਕ ਬੱਲੇ ਦਾ ਜੀ ਕੁਛ
ਪੀਂਦਾ ਹੀ ਨਹੀਂ ਹੈਗਾ ਜੀ ਸਾਨੂੰ ਪਹਿਲਾਂ ਇਹ ਦੱਸ ਹੁਣ ਤੈਨੂੰ ਦੁਖੀ ਕਰਦਾ ਨਾ ਜੰਮੀ ਨਹੀਂ ਕਰਦਾ ਬਾਬਾ ਜੀ ਮੈਂ ਤਾਂ ਲਿਆ ਕੇ ਦੇਂਗਾ ਜੋ ਮੈਂ ਪੈਰ ਤੋਂ ਤੋ ਪੀਂਦਾ ਜੀ ਇਹਦੇ ਚੱਲ ਮੁਸ਼ਕ ਮਾਰ ਦਿਆ ਤੇ ਕੋ ਚੰਗਾ ਬਾਬਾ ਜੀ ਕਾਗਜ਼ਾਂ ਜੀ ਜਾ ਹੁਣ ਤੁਸੀਂ ਵੀ ਭਗ ਜਾਓ ਬਾਬਾ ਜੀ ਤੰਗ ਨਾ ਕਰੋ ਜੀ ਐਵੇਂ ਮੇਰਾ ਜਦੋਂ ਜੀ ਕਰੂਗਾ ਮੈਂ ਉਦੋਂ ਜਾਊਂ ਚੰਗਾ ਜੀ ਬਾਬਾ ਮੈਂ ਲਿਆ ਕੇ ਦਿੰਦਾ ਜੀ ਚੱਲ ਜਾ ਹਾਏ ਉਹ ਇੱਕ ਤਾਂ ਉਹਦੀ ਆ ਜਾਂਦੇ ਨੇ ਬਾਬੇ ਲੈ ਵੀ ਹਰਜਿੰਦਰ ਕੌਰੇ ਤੇਰਾ ਆ ਗਿਆ ਕੰਮ ਲੋਟ ਐ ਨਹੀਂ ਇਹ ਕਹਿਣਾ ਮੰਨਦਾ ਜਦ ਵੀ ਕੁਛ ਮੰਗਾਉਣਾ ਹੁੰਦਾ ਨਾ ਬਸ ਬਾਬਿਆਂ ਨੂੰ ਯਾਦ ਕਰ ਲਿਆ ਕਰ ਇਹ ਨਜ਼ਾਰੇ ਹੁਣ ਆਊਗਾ ਸਟਿੰਗ ਨਾਲੇ ਸੋਨੂੰ ਮੋਨੂੰ ਉਹ ਮੇਰੇ ਹਾਲ ਦੀਆਂ ਕਣੀਆਂ ਵੀ ਆ ਗਈਆਂ ਉਹ ਪਿੰਡੀ ਵਾਲੇ ਹਾਂ ਕਿੱਥੇ ਜਾਣਾ ਘਰੇ ਜਾਣਾ ਯਾਦਰੀ ਭਰਜਾਈ ਖਾਤਰ ਪੂਜੀ ਹੋ ਲੈ ਕੇ ਆਇਆ ਚੱਲ ਚੱਲੀ ਆਪਾਂ ਵੀ ਤੈਨੂੰ ਕੀ ਕੰਮ ਹੈ ਮੈਨੂੰ ਭਰਜਾਈ ਤੱਕ ਕੰਮ ਹੈ ਕੀ ਕੰਮ ਹੈ ਉਹ ਹੈਗਾ ਕੰਮ ਉਹ ਲੈ ਹੈ ਬੌਲਾ ਯਾਰ ਦੱਸਦਾ ਤੇ ਘਰ ਦਾ ਮੋਟੀ ਦਾ ਮੈਂ ਯਾਰ ਕੀ ਕੰਮ ਹੈ ਪਹਿਲਾਂ ਦੱਸੀ ਤੁਹਾਡੇ ਘਰ ਦੀ ਕਬੀਲਦਾਰੀ ਕਿਹਦੇ ਲਵੇ ਘਰ ਦੀ ਕਬੀਲਦਾਰੀ ਤਾਂ ਯਾਰ ਤੇਰੀ ਭਰਜਾਈ ਲਵੀ ਆ ਬਸ ਫਿਰ ਭਰਜਾਈ ਤੇ ਕੰਮ ਹੈ ਉਹ ਲੈ ਮੰਨਿਆ ਜੇ ਕਬੀਲਦਾਰੀ ਯਾਰ ਤੇਰੀ ਭਰਜਾਈ ਲਵੇ ਬੰਦਾ ਤਾਂ ਮੈਂ ਆ ਕਰਦਾ ਤੂੰ ਬੰਦਿਆਂ ਦੀ ਗੱਲ ਮੇਰੇ ਨਾਲ ਕਰ ਯਾਰ ਉਹ ਜੇ ਬੰਦਿਆਂ ਦੀ ਗੱਲ ਬੰਦਿਆਂ ਨੂੰ ਸੋਹਣੀ ਹੈ ਨਾ ਫਿਰ ਕਬੀਲਦਾਰੀ ਵੀ ਬੰਦਿਆਂ ਨੂੰ ਸੋਹਣੀ ਹੈ ਤੇਰੇ ਨਾਲ ਮੈਂ ਕੀ ਗੱਲ ਕਰਾਂ ਮਰੀ ਜਾਂਦਾ ਚੱਲ ਤੁਰ ਛੇਤੀ ਹੋਏ ਹਾਏ ਓਏ ਹੁਣ ਵੀ ਲੱਗ ਰਹੇ ਨੇ ਬਾਬੇ ਵਿਚਾਰੇ ਇਹਦਾ ਫੇਰ ਲੱਗ ਰਿਹਾ ਕਰਦਣ ਦੀ ਘੁਮਾਉਣ ਬਾਈ ਇਹ ਤਾਂ ਮੈਂ ਕੀਮਤ ਗਏ ਹੋ ਗਏ ਮੈਨੂੰ 20 ਮਿੰਟ ਗਏ ਨੂੰ ਉਦੋਂ ਦੇ ਆ ਰਹੇ ਨੇ ਬਾਬੇ ਅੱਜ ਆ ਗਿਆ ਸਟਿੰਗ ਪਤਾ ਨਹੀਂ ਕਰੋਪੀ ਆ ਕੋਈ ਹਾਂ ਬਾਬਾ ਜੀ ਆ ਗਏ ਆ ਲੈ ਕੇ ਲਿਆ ਆ ਲੈ ਪੂਜਿਆ ਵੀ ਲੈ ਬਾਬਾ ਜੀ ਸੋਨੂੰ ਮੰਨੂ ਆ ਜਿਆ ਸੋਨੂੰ ਮੰਨੂ ਜੀ ਇਹ ਆ ਪਲਿਆ ਜੀ ਸਟਿੰਗ ਜੀ ਹੁਣ ਤਾਂ ਖੁਸ਼ ਹੋ ਬਾਬਾ ਜੀ ਠੀਕ ਹੈ ਹਾਂਜੀ ਬਸ ਜੀ ਮੈਨੂੰ ਲੱਗਦਾ ਭਗਤ ਵੀ ਨਾਲ ਆਇਆ ਹਾਂ ਬਾਬਾ ਜੀ ਆ ਗਿਆ ਵਿਚਾਰਾ ਜੀ ਲੱਗਦਾ ਨਵਾਂ ਨੰਬਰ ਲੈਣ ਆਇਆ ਉਹ ਲੋੜ ਦੀ ਤੁਹਾਡੇ ਨਵੇਂ ਨੰਬਰਾਂ ਦੀ ਮੈਂ ਤਾਂ ਪਹਿਲਾਂ ਨਹੀਂ ਸੁਰਮਾ ਨਿਕਲਿਆ ਆ ਪੁਰਾਣੇ ਦੀ ਹਿਸਾਬ ਕਰ ਦੋ ਮੇਰਾ ਤਾਂ ਕੀ ਹੋ ਗਿਆ ਭਗਤਾ ਤੱਤਾ ਖਾਣੂ ਹੁਣ ਮੇਰੇ ਪੈਸੇ ਮੋੜੋ ਕਿਹੜੇ ਪੈਸੇ ਜਿਹੜੇ ਤੁਹਾਡੇ ਕਰਕੇ ਮੈਂ ਸੱਟੇ ਚ ਲਾਇਆ ਸੀ 7000 ਰੁਪਿਆ ਮੈਨੂੰ ਨਹੀਂ ਕੁਝ ਨਿਕਲਿਆ ਨਕਲਿਆ ਹੈਗਾ ਮੇਰੇ ਸਾਰੇ ਪੈਸੇ ਮੋੜੋ ਤੂੰ ਬਾਬਿਆਂ ਤੋਂ ਹੀ ਪੈਸੇ ਮੰਗੀ ਜਾਂਦਾ ਖੜ ਜਾ ਯਾਰ ਹੋਰ ਕਿਤੇ ਤੋਂ ਮੰਗਾ ਬਾਬਿਆਂ ਨੇ ਤਾਂ ਤੇਰੀ ਲੈਟਰੀ ਕਢਾਈ ਆ ਬਾਬਾ ਜੀ ਮੈਂ ਤੁਹਾਨੂੰ ਪਿਆਰ ਨਾਲ ਕਹਿ ਰਹਾਗਾ ਮੇਰੇ ਸਾਰੇ ਪੈਸੇ ਮੋੜ ਦੋ ਮੈਂ ਤਾਂ 5000 ਰੁਪਏ ਦੁੱਧ ਇੱਥੇ ਵੀ ਫੜੀ ਬੈਠਾ ਸੀਗਾ ਜੀ ਹਾਲੇ ਉਹਦੇ ਮੋੜਨੇ ਨੇਗੇ ਦੁੱਧ ਪਾ ਪਾ ਕੇ ਲੈ ਤੂੰ ਕਿਹੜੇ ਪੈਸਿਆਂ ਦੀ ਗੱਲ ਕਰੀ ਜਾਂਦਾ ਉਹੀ ਪੈਸਿਆਂ ਦੇ ਜਿਹੜਾ ਤੁਸੀਂ ਕਿਹਾ ਸੀ ਵੀ ਆਹ ਨੰਬਰ ਲਾ ਦੇ ਮੇਰਾ ਖਾਲੀ ਨਿਕਲ ਗਿਆ ਨੰਬਰ ਮੈਂ ਤਾਂ ਪਹਿਲਾਂ ਘਰੇ ਵੀ ਗਾਲਾਂ ਪੈਂਦੀਆਂ ਨੇਗੀਆਂ ਉਹ ਤਾਂ ਭਗਤਾ ਤੇਰੀ ਕਿਸਮਤ ਆ ਹੋਰ ਬਾਬਾ ਜੀ ਪਖੰਡ ਜੀ ਨਾ ਕਰੋ ਇੱਥੇ ਮੇਰੇ ਕੋਲ ਹੋਰ ਨਾ ਛਤਰਾਉਲ ਕਰਾ ਲਓ ਮੇਰੇ ਪੈਸੇ ਮੋੜ ਦੋ ਮੈਂ ਤੂੰ ਬਾਬਿਆਂ ਨੂੰ ਮਾੜਾ ਚੰਗਾ ਬੋਲਦਾ ਦਿੰਦੀ ਨਹੀਂ ਤੂੰ ਪੈਸੇ ਨਾ ਮੇਰੇ ਕੋਲ ਕਿੱਥੇ ਤੇਰੀ ਭੈਣ ਨੂੰ ਪਖੰਡ ਕਰ ਦਿਆ ਮੇਰੇ ਸਾਰੇ ਦੀ ਆ ਮੈਥੋਂ ਮੰਗਾਈ ਗਈ ਭੂਜੀਆ ਮੈਨੂੰ ਚੰਗਾ ਭਲਾ ਗੁਰਦੁਆਰੇ ਜਾਂਦਾ ਹੁੰਦਾ ਸੀ ਮੈਂ ਤੜਕੇ ਆਥਣੇ ਮੇਰੇ ਦਾਦੇ ਪੜਦਾਦਿਆਂ ਦਾ ਅੰਬਰ ਸਕਿਆ ਹੋਇਆ ਦਿਆ ਕਹੇ ਜੇ ਮੈਨੂੰ ਕੰਮਾਂ ਚ ਪਾਤਾ ਕਿਤੇ ਥਾਨਾ ਤੇ ਵਗ ਜਾ ਕਿਤੇ ਕਿੱਥੇ ਵਗ ਜਾ ਕਿਤੇ ਫਲਾਣੇ ਥਾਵੇਂ ਮਿੱਟੀ ਕੱਢਿਆ ਹੋਰ ਕੋਈ ਕੰਮ ਹੈਗਾ ਤੇਰੇ ਕੋਲੇ
आ देख ला वीडियो बनाई फिरदा जे पादी ग्रुपां च स्यापा खड़ा हो जू मेरे साले दी मेरी गल सुनदा इक हुण इहे जे कम्मां ते करन दी कोई लोड़ नहीं चुप करके गुरद्वारे जाया कर तड़के हथने रब दा नाम लिया कर कई पुठे कम्मां च पा रखिया मैनू नाले आप दुखी हुंदी आ सिर मारदी फिरदी थी मैनू तां हुण पता लग गया कि मैं पखंड कर दी थी जा भज जा कोई कम कर इधर बड़ा नाले भूजिया जा हुण लग गई डुस्कण मेरे साले दा मोड़ के आऊंगा जिहड़े 50 रुपये बन गए उही वधिया ने जा भज जा यही जी नाटक कर दी है मैनू तो ए थी वो महा चल कोई ना आ गए हुणे कितने बाबे हुंदे हुणे इहदा हुण पता लगा जदों ने चक्की खलपाड़ अज भाई अंग्रेजी की तरीक एक देसी महीना 16 हार हार बजी दूज दिन मंगलवार हो चुका है अज तो है भी मंगलवार अस तो बाबियां दे भी जाना थी जेनू दस तां इन्हें तो कलेश पा लेना ना जाना ना मैनू जान देना करां की पर जाना भी पैना अज तो बाबे ने मैनू प्रसाद देना सी अज तो फिर मैनू कोई बहाना ही मारना पैना फटाफट जानी हाँ दिन भी खासा ही चढ़ गया अज तो समझ नहीं आती कि बहाना महाराज मैं तो पहला ही लेट हूँ तो मैं कह जोगी नहीं देख के लग गई मंजा हाय ओए की गल हरजिंदर बड़ी काली काली काम करी जानी है जाना कि बस ओ मड़े दा पिंड जाके आना मम्मी दा फोन आया हुण आया तीगा हां मम्मी कहंदी अपनी मज बीमार आ मड़ जी बस खबर लेके आनी है मैं ता मैनू दसी नहीं हैगा भी मज बीमार आ आपा बाग चल देंगे हुण मुड़े आवांगे स्कूटर ते ना ले तू की करना उथे तू माड़ा मोटा घरे काम कार सांभ ली मैं कल्ली जान आन करना बस चल चंगा फिर बाग ले उठ फटाफट भी मंजा चक्कण दे तड़की फोन आ गया है किनाल दे बाग जी फिर तू ठीक है मैं हां छेती आ जाएंगे तो उठी बैठ जाए नहीं मैं भाग जाना तेरे नाल बस मैं तो गई यार आई बस मैं तो पता ही लेके आना चल चंगा भाग जी मेरा पूछदा यार बाबा नहीं सुनदा तू शाम नु फोन कर दिया हां किमें की कहंदी सी मैं तेनू कहा थी ना तू पंज ना जाया कर तू सुनदी तो हुंदी नहीं यार तेनू कहा मैं अम्ब्रेला ले जा कर तू मैं ना तो तू टाइम ते खाना खानिया वर्निका ना तू मेडिसिन लेनी ऐ लहू मचदा मेरा होर का तू मचदागा तेनू फ्रूट्स मैं ले लिया देते हैं पैसे फट यार अब पूरे ने गिन ला हाथ मार ला बदा ठीक है चल मेरी गल सुन भाई वीडियो डिलीट कर दी यार ओ ता करती थी मैं ओ पहली हैड फोल्डर च रखी हुई थी मैं चल कोई ना कानू वायरल करने पर थोड़ी चंगी गल्ला नहीं हैगी तुसी आ जेड़े टूने टप्पण जे करदे चल यार ओदा हुण दुख कोई ना यार वीडियो डिलीट कर दी ओ कर दूं कोई ना तेरे सामने कर दूंगा किदे भाएं दा पिंडी वाले ग्रुप च पा दे ना ए चक बस भाई बन के यार होर हूं मेरा साला साडे नाल चंगी नहीं करी ब्लैकमेल कर रहा था ओए फिर मेरी गल सुन यार तेनू पता साडे केड़ा ट्राले चलदे ने मैं दुद्ध वाले तो फड़या 5000 रुपया चल फिर आउणे केड़े ने कहा नहीं आदा तेरी भी विच नुक्स दी ऐ को नुक्स दी यार भरजाई नु चाहिदा तीगा है ऐ मुंह होला ता पता भाई सरदा हुंदे मैनू सरदा होगी ती मैं की करा कोई ना हुण नाल कोई ना ना कोई ना ना तू टेंशन आया ता भाई भाई अमना च खार ना रखी चंगा मैं उदे भाई नु सॉरी मतलब हैना भरजाई नु सॉरी बोलदी मैं खलपाड़ चक ली कोई ना यार सिर च भी गुंबड़ जा होगा चल यार कानू यार चंगा भाई बन के ओ वीडियो बस यार ठीक है हुन गंडे पड़ गया हां कोई ना गा हां भी नहीं दसी गई नहीं दादा चंगा नहीं दादा चंगा शुक्र है रब्बा पैसे ता पूरे मुड़ गए एक दो तीन मैं ता कन्ना नु हाथ ला ले अगे तो आ पुठे काम जे नहीं करदा भैन दी मसा जुड़दे ने पैसे मेनू पता घर दे ने मान मान मेने ना बुरा हाल कर दी हां जी शुक्र है घर नहीं हैगा नहीं तो 100 गल्लां पुछदा एक बाबे ने चक्करां च पाता कबूती इहो जिहे मुंडे नूं खिलाणी आ जिहड़ा कुवारा होवे चढ़दे वल नूं घर होवे है
ਕੱਲਾ ਕੱਲਾ ਜਵਾਕ ਹੋਵੇ। ਦੱਸ ਮੈਂ ਭਲਾ ਇਹੋ ਜਿਹਾ ਬੰਦਾ ਕਿੱਥੋਂ ਲੱਭਾਂ ਹੁਣ। ਬਾਬਾ ਵੀ ਚੱਕਰਾਂ 'ਚ ਪਾਈ ਰੱਖਦਾ, ਸਮਝ ਹੀ ਨਹੀਂ ਆਉਂਦੀ ਮੈਨੂੰ ਤਾਂ। ਕੀ ਕਰਾਂ ਹੁਣ ਮੈਂ। ਸਤਿ ਸ਼੍ਰੀ ਅਕਾਲ ਬਾਬੀ। ਸਤਿ ਸ਼੍ਰੀ ਅਕਾਲ। ਬਾਬੀ ਆ ਚਾਬੀ ਮੋਟਰਸਾਈਕਲ ਦੀ, ਕੱਲ ਲੈ ਕੇ ਗਿਆ ਸੀ ਮੈਂ ਵੀਰ। ਅੱਛਾ, ਆ ਗਿਆ ਤੂੰ? ਹਾਂਜੀ। ਠੀਕ ਆ ਬਾਬੀ? ਠੀਕ ਆ। ਨਾ ਹੈ ਤਾਂ ਸੀਨੇ ਦੀ ਗੱਲਾਂ ਹੀ ਆ, ਹੈ ਵੀ ਕੁਵਾਰਾ, ਚੜ੍ਹਦੇ ਕੰਨੀ ਵੀ ਘਰ ਆ, ਇਹਨੂੰ ਹੀ ਨਾ ਬੁਲਾ ਲਾ। ਮੈਂ ਸਿਮੂ, ਸਿਮੂ। ਹਾਂਜੀ। ਆ ਰਹੀ ਆਈ, ਮੜ ਜਾ ਗੱਲ ਸੁਣ। ਨਾ ਤੂੰ ਰੋਜ਼ ਆ ਕੇ ਮੁੜ ਜਾਂਦਾ, ਕਦੇ ਭਾਬੀ ਦੇ ਹੱਥ ਦੀ ਚਾਹ ਵੀ ਪੀ ਲਿਆ ਕਰ। ਹਰਜਿੰਦਰ ਕੌਰੇ, ਹੁਣ ਹੋ ਤੇਰਾ ਕੰਮ, ਚੁੱਪ ਕਰਕੇ ਤੂੰ ਰੋਟੀ ਦੇ ਦੇ। ਜਿਵੇਂ ਬਾਬਾ ਜੀ ਉਤਾਂ ਲਿਆ। ਹੋਰ ਨਾ ਰੋਜ਼ ਇਸ ਤਰ੍ਹਾਂ ਹੀ ਮੁੜ ਜਾਂਦਾ ਤੂੰ। ਆ ਫੜ, ਨਾਲੇ ਦੱਸੀ ਕਿੱਦਾਂ ਬਣੀ ਆ ਚਾਹ। ਠੀਕ ਹੈ। ਬਾਈ ਕਿੱਥੇ ਬਾਬੀ? ਬਾਈ ਪਤਾ ਨਹੀਂ ਬਾਹਰ ਨੂੰ ਲੰਘਿਆ ਹੋਇਆ ਕਿਤੇ। ਅੱਛਾ। ਠੀਕ ਆ ਮਿੱਠਾ ਮੁੱਠਾ? ਹਾਂਜੀ ਬਹੁਤ ਵਧੀਆ ਬਣੀ ਆ। ਪੀ ਲਾ ਪੀ ਲਾ ਸਾਰੇ ਪੀ। ਇਹਦਾ ਤਾਂ ਨਮੇੜ ਤਾਂ ਆਪਾਂ ਦੇ ਕੇ ਪਏ ਸੀ, ਨਾ ਮੁੜ ਕੇ ਫਸਣਾ ਇਹੋ ਜਿਹੇ ਕੰਮ 'ਚ। ਉਹ ਯਾਰ ਸਿੰਮੂ ਦਾ ਵੀ ਪਤਾ ਲਈ ਆਉਂਦਾ ਹੈ ਨਾ, ਬੜਾ ਭਾਣਾ ਵਰਤਿਆ ਯਾਰ ਮਾਲਕ ਦੇ ਘਰ। ਸਿੰਮੂ ਆ ਜਾ ਬਾਈ ਓਏ। ਹੋਰ ਕੀ ਹਾਲ ਨੇ? ਵਧੀਆ ਬਾਈ, ਹੋਰ ਠੀਕ ਆ? ਹਾਂ ਹਾਂ ਵਧੀਆ। ਹੋਰ ਯਾਰ ਬੜਾ ਹੈ, ਇਹੋ ਜਿਹਾ ਹੋਇਆ ਕੀ ਸੀ ਯਾਰ ਇਹਨੂੰ? ਉਹ ਤੈਨੂੰ ਕੀ ਦੱਸਾਂ ਬਾਈ, ਜੇ ਤਾਂ ਕੁਛ ਪਤਾ ਲੱਗੇ ਤਾਂ ਮੈਂ ਤੈਨੂੰ ਦੱਸਾਂ ਵੀ ਇਹਨੂੰ ਆਹ ਬਿਮਾਰੀ ਆ। ਇਹਦਾ ਕੁਛ ਪਤਾ ਹੀ ਨਹੀਂ ਲੱਗ ਰਿਹਾ, ਨਾਲੇ ਬਹਿ ਜਾ ਤੂੰ। ਕੋਈ ਨਾ, ਬਹਿ ਤਾਂ ਜਾ। ਬਹਿ ਜਾ, ਕੋਈ ਨਹੀਂ, ਕੋਈ ਨਾ ਉਰੀ ਬਹਿ ਜਾ। ਉਹ ਮਾਸੀ ਆਈ ਦੀ ਬਾਈ ਮੇਰੇ ਲਵੇ ਘਰੇ। ਅੱਛਾ ਬਾਈ। ਮੈਂ ਰੋਟੀ ਖਾਈ ਜਾਂਦਾ ਜੀ ਬੈਠਾ, ਮੈਂ ਖੇਤੋਂ ਆਇਆ ਜੀ ਯਾਰ। ਮਾਸੀ ਕਹਿੰਦੀ ਵੀ ਪੁੱਤ ਆਈ ਮਾੜਾ ਜਿਹਾ ਘਰੇ, ਕਹਿੰਦੀ ਸਿੰਮੂ ਦਾ ਕਾਲ ਜਾ ਜਾ ਮੱਚੀ ਜਾਂਦਾ। ਅੱਛਾ। ਮੈਂ ਮਾਸੀ ਆ ਗਿਆ, ਦੋ ਰੋਟੀਆਂ ਖਾ ਜਾਵਾਂ। ਕਹਿੰਦੀ ਵੀ ਜ਼ਿਆਦਾ ਔਖਾ ਗਾ ਵਾਲਾ ਜਾ। ਮੈਂ ਚੱਲ ਮੈਂ ਆ ਗਿਆ, ਹੁਣ ਹੀ ਆ ਗਿਆ ਫਿਰ। ਮੈਂ ਭਾਈ ਰੋਟੀ ਵੀ ਵਿੱਚ ਹੀ ਛੱਡਿਆ, ਮੈਂ ਚੱਲ ਆਪਦੇ ਕੰਮ ਆਉਂਦਾ। ਮੇਰੇ ਆਉਂਦੇ ਦਾ ਬਾਈ ਡਿੱਗੇ ਹੀ ਪਿਆ ਜੀ ਇਹ। ਅੱਛਾ ਯਾਰ, ਬੜਾ ਹੈ ਮਾੜਾ ਕੰਮ ਹੋਇਆ ਯਾਰ, ਕੱਲਾ ਕੱਲਾ ਯਾਰ ਦੇਖ ਲਾ ਜੀ। ਗੱਲ ਆ, ਮਾਸੀ ਵੀ ਹੁਣ ਤੈਨੂੰ ਪਤਾ ਵੀ ਕਿੰਨਾ ਉਮਰ ਹੋਈ ਪਈ ਆ। ਸਹੀ ਗੱਲ ਹੈ, ਤੇ ਆ ਪਾ ਯਾਰ ਕੱਪੜਾ, ਮੱਖੀਆਂ ਲੱਗੀ ਜਾਂਦੀ। ਹਾਂ ਮੈਂ ਉਹ ਤਾਂ ਲਾਉਣਾ ਜੀ ਪੱਖਾ, ਮੈਂ ਚੱਲ ਮੌਸਮ ਦਾ ਠੀਕ ਆ। ਮੌਸਮ ਦਾ ਠੀਕ ਆ ਅੱਜ ਆ। ਦੋ ਦਿਨ ਤੋਂ ਬਈ ਆ ਦਿਨ ਆ ਗਿਆ ਦੇਖ ਲਾ, ਇਹਦਾ ਪਤਾ ਹੀ ਨਹੀਂ ਲੱਗਾ। ਡਾਕਟਰਾਂ ਦੇ ਰਿਪੋਰਟਾਂ ਰਿਪੋਰਟਾਂ ਸਾਰੀਆਂ ਕਰਾ ਲਈਆਂ, ਆਉਂਦਾ ਹੀ ਨਹੀਂ ਕੁਛ ਰਿਪੋਰਟਾਂ 'ਚ ਵੀ। ਰਿਪੋਰਟਾਂ 'ਚ ਵੀ ਨਹੀਂ ਆਉਂਦਾ ਕੁਛ? ਬਸ ਐਂ ਕਰੀ ਜਾਂਦਾ ਯਾਰ, ਵੀ ਕਾਲਜਾ ਮੱਚ ਗਿਆ, ਕਾਲਜਾ ਮੱਚੀ ਜਾਂਦਾ ਕਹਿੰਦਾ। ਅੱਛਾ ਯਾਰ, ਮੈਂ ਤਾਂ ਆਪਣੇ ਪਿੰਡ ਵਾਲੇ ਬਾਹਮਣ ਤੋਂ ਵੀ ਥੋੜ੍ਹਾ ਕਰਾ ਲਿਆ ਸੀ। ਅੱਛਾ। ਹਾਂ ਚੱਲ, ਕਈ ਵਾਰੀ ਹੁੰਦਾ ਕੁਛ ਹੈ ਨਾ, ਫਰਕ ਤਾਂ ਕੋਈ ਪਿਆ ਨਹੀਂ ਹੈਗਾ, ਪਰ ਉਹਨੇ ਐਂ ਦੱਸਿਆ ਸੀ ਕਹਿੰਦਾ ਵੀ ਇਹਨੂੰ ਕੁਛ ਖਵਾਇਆ ਪਿਆ ਹੋਇਆ। ਆ ਮੇਰਾ ਸਾਲਾ ਹੀ ਬੇੜਾ ਬਹਿੰਦਾ, ਲੋਕਾਂ ਦਾ ਸਿਆਣੀ ਨੇ ਭੈਣ ਦੇ ਖਸਮ, ਇਹੀ ਖਵਾਉਂਦੇ ਨੇ ਕੁਛ। ਚੱਲ ਪਲਸੂ ਪਲਸੂ, ਪਤਾ ਯਾਰ ਇਹ ਗੱਲਾਂ ਤੇ ਯਕੀਨ ਨਹੀਂ ਕਰਦੇ ਹੈ ਨਾ। ਉਹ ਯਾਰ ਇਹਨਾਂ ਨਾਲ ਬਰੇ ਗੱਲਾਂ ਤੋਂ ਬਚਿਆ ਹੋਇਆਗਾ, ਉਹਦਾ ਹੈਗੀ ਆ ਗੱਲ ਮਿੱਟੂ, ਉਹਦਾ ਹੈਗੀ ਆ ਬਾਈ। ਇਹ ਯਾਰ ਇਹਨਾਂ ਨਾਲ ਕੁਛ ਨਹੀਂ ਹੁੰਦਾ, ਇਹ ਮੇਰੇ ਸਾਲੇ ਐਂ ਨਹੀਂ ਪਤਾ ਕੀ ਖਪਾ ਦੇਣ ਵਿੱਚ। ਹਾਂ, ਇਹ ਐਂ ਘਰ ਪੱਟਦੇ ਨੇਗੇ। ਮੈਂ ਤਾਂ ਕਹਿੰਦਾ ਜਿਹਨੇ ਯਾਰ ਖਵਾਇਆ ਉਹਦਾ ਭਰਕੇ ਬੜਾ ਡੁੱਬੇ, ਕੱਖ ਨਾ ਰਹੇ ਯਾਰ। ਹੋਰ ਯਾਰ ਬਹੁਤ ਔਖਾ ਹੋਇਆ ਪਿਆ ਬਾਈ, ਉਹ ਕਾਹਨੂੰ ਮਿੰਟੂ ਯਾਰ ਕਿਸੇ ਦਾ ਘਰ ਪੱਟਣਾ ਬਾਈ, ਬਲਾ ਆਪਦੇ ਘਰੇ ਦੇਖੇ ਬੰਦਾ। ਗੱਲ ਤਾਂ ਉਹੀ ਹੈ ਯਾਰ, ਇਹਨੂੰ ਮਿਲਦਾ ਕੀ ਆ, ਮੈਂ ਤਾਂ ਐ ਨਹੀਂ ਸਮਝਦਾ ਖਬਰ ਆ ਯਾਰ ਕੀ ਖਵਾ ਕੇ। ਬੇਚਾਰਾ ਕੱਲਾ ਕਹਿ ਰਿਹਾ ਹੈਗਾ, ਇਹ ਤਾਂ ਉਹੀ ਨਹੀਂ ਤੈਨੂੰ ਪਤਾ ਕਿਸੇ ਨਾਲ ਵੈਰ ਵਿਰੋਧ ਹੈਗਾ। ਉਹ ਯਾਰ ਤੈਨੂੰ ਪਤਾ ਸਿਆਣੇ ਅਲਸੂ ਪਲਸੂ ਵਿੱਚ ਖਬਰ ਆ ਕੀ ਪਾ ਕੇ ਦਿੰਦੇ ਨੇ ਕਿਸੇ ਦਾ ਘਰ ਪੱਟਦੇ ਨੇ। ਹੈ ਮਿੰਟੂ ਆ ਸਰੀ ਪਿਆ ਯਾਰ ਲੋਕਾਂ ਦਾ। ਚੱਲ ਬਾਈ, ਉਹ ਆਪਣੇ ਵਾਲਾ ਵੱਡਾ ਆਊਗਾ ਪਰਸੋਂ ਨੂੰ। ਅੱਛਾ, ਉਹ ਕਹਿੰਦਾ ਆਪਾਂ ਚੰਡੀਗੜ੍ਹ ਲੈ ਕੇ ਜਾਂਦੇ ਆ ਉਹਨੂੰ ਫਿਰ ਦੁਬਾਰਾ। ਹਾਂ ਬਾਈ, ਹਾਂ ਉੱਥੇ ਲੈ ਕੇ ਜਾਓ ਯਾਰ, ਵਧੀਆ। ਚੱਲ ਹੁਣ ਤੈਨੂੰ ਪਤਾ ਉਰੇ ਦਾ ਪਿੰਡਾਂ 'ਚ ਤੈਨੂੰ ਪਤਾ ਹੀ ਆ ਹਨਾ, ਹੋਰ ਵੱਡੇ ਇਲਾਜ ਲਈ ਯਾਰ ਵੱਡੇ ਡਾਕਟਰਾਂ ਦੀ ਲੋੜ ਪੈਂਦੀ ਆ। ਹੈਂ,
ਉਹ ਕਹਿੰਦਾ ਮੈਂ ਆ ਜਾਊਂ ਉੱਥੋਂ ਆਪਾਂ ਦਿਖਾ ਲੈਂਦੇ ਹਾਂ ਪਰ ਚੱਲ ਉੱਥੋਂ ਦਿਖਾ ਲਓ ਬਾਈ ਜਿੱਥੇ ਇੰਨਾ ਫਿਰ ਗਏ ਬਾਈ ਉਹੀ ਗੱਲ ਹੈ ਚੱਲ ਯਾਰ ਦੱਸ ਦੀ ਜੇ ਕੋਈ ਕਾਸੇ ਦੀ ਲੋੜ ਹੋਈ ਬਾਈ ਮੈਂ ਬਾਈ ਹਾਂ ਦੱਸੂਗਾ ਇੰਨਾ ਨਰਮ ਦੀ ਯਾਰ ਕਿਸੇ ਨੂੰ ਨਹੀਂ ਬੋਲਦਾ ਦੀ ਹੈ ਉਹੀ ਦਾ ਗੱਲ ਆ ਬਾਈ ਹੋਰ ਮੇਰਾ ਦੇਖ ਲੈਣੂ ਜੇ ਕੇਰਾ ਕਹਦਾ ਵੀ ਸਿੰਮੂ ਆ ਕੰਮ ਨਹੀਂ ਕਰਨਾ ਜਮੇ ਨਹੀਂ ਕਰਦਾ ਦੀ ਵਿਚਾਰਾ ਪੜਦਾ ਵਧੀਆ ਦੀ ਨਰਮ ਵਾਲਾ ਦੀ ਯਾਰ ਹੋਰ ਯਾਰ ਬਾਈ ਚੱਲ ਚੰਗਾ ਮਿੰਟੂ ਬਾਈ ਹੈ ਠੀਕ ਹੈ ਉਹ ਚਾਹ ਪਾਣੀ ਦਾ ਪੀ ਜਾਂਦਾ ਨਾ ਨਾ ਬਸ ਬਸ ਉਹ ਆ ਜਾ 2 ਮਿੰਟ ਨਾ ਨਾ ਮਿੰਟੂ ਬਸ ਬਾਈ ਅੰਦਰ ਪਾ ਦੇ ਬਾਈ ਇਹਨੂੰ ਨਾਲੇ ਹੁਣ ਮੌਸਮ ਹੋਰ ਮੈਂ ਕਰਦਾ ਇਹਨੂੰ ਅੰਦਰ ਹਾਂ ਚੰਗਾ ਬਾਈ ਲੈ ਦੇਖ ਲਾ ਹੋਰ ਭਰਜਾਈ ਠੀਕ ਆ ਠੀਕ ਆ ਬਾਈ ਠੀਕ ਆ ਚੱਲ ਠੀਕ ਹੈ ਫਿਰ ਕੀ ਹੋ ਗਿਆ ਹੈ ਪਤਾ ਨਹੀਂ ਸਵੇਰ ਦਾ ਸਿਰ ਜਾਂ ਚੱਕਰਾਈ ਜਾਂਦਾ ਮਨ ਖਰਾਬ ਹੋ ਰਿਹਾ ਉਲਟੀਆਂ ਆਈ ਜਾਂਦੀਆਂ ਕਿਤੇ ਹੋਰ ਤਾਂ ਨਹੀਂ ਕੁਛ ਖਾ ਲਿਆ ਤਾਂ ਹੈ ਪਤਾ ਨਹੀਂ ਕੀ ਹੋਇਆ ਦਵਾਈ ਨਹੀਂ ਰੇਤੀ ਮੈਂ ਇਕੱਲੀ ਕਿਵੇਂ ਜਾਂਦੀ ਡਾਕਟਰ ਕੋਲ ਚੱਲ ਆਇਆ ਤੈਨੂੰ ਡਾਕਟਰ ਦੇ ਲੈ ਕੇ ਜਾਂਦਾ ਖਬਰਾਂ ਕੀ ਖਾ ਲਿਆ ਭੂਜੀਆ ਤਾਂ ਖਾਈ ਜਾਂਦੀ ਰਹਿਣੀ ਆ ਡਾਕਟਰ ਸਾਹਿਬ ਮੈਡਮ ਦੀ ਸਿਹਤ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਵਧਾਈਆਂ ਕਾਹਦੀਆਂ ਜੀ ਤੁਹਾਡੀ ਮੈਡਮ ਪ੍ਰੈਗਨੈਂਸੀ ਆਏ ਥੋੜਾ ਧਿਆਨ ਰੱਖਣਾ ਹੁਣ ਖਾਣ ਪੀਣ ਲਈ ਤੇ ਸਿਹਤ ਲਈ ਵਧੀਆ ਧਿਆਨ ਰੱਖਣਾ ਠੀਕ ਹੈ ਜੀ ਠੀਕ ਹੈ ਜੀ ਇਹ ਸੱਚਿਆ ਬਾਦਸ਼ਾਹ ਇਹਦਾ ਤਾਂ ਬਹੁਤ ਚੰਗੀ ਸੁਣਦੀ ਜੀ ਮੇਰੀ ਸੁਣਿਆ ਸਾਰਿਆਂ ਦੀ ਸੁਣੀ ਆਦਾ ਡਾਕਟਰ ਸਾਹਿਬ ਵਧੀਆ ਖੁਸ਼ ਖਬਰੀ ਵਾਲੀ ਗੱਲ ਦੱਸਤੀ ਬਸ ਚਲੋ ਥੋੜਾ ਇਸ ਚੀਜ਼ ਦਾ ਧਿਆਨ ਰੱਖਣਾ ਖਾਣ ਕੋਈ ਨਾ ਜੀ ਖਾਣਾ ਕੀ ਹੈ ਜੀ ਵੱਧ ਤੋਂ ਵੱਧ ਰੈਸਟ ਦੋਣੀ ਹੈ ਤੇ ਬਾਕੀ ਫਲ ਫਰੂਟ ਵਗੈਰਾ ਦੇਣਾ ਖਾਣ ਲਈ ਪੀਣ ਲਈ ਵੱਧ ਤੋਂ ਵੱਧ ਪਾਣੀ ਵਗੈਰਾ ਠੀਕ ਹੈ ਜੀ ਇਹ ਸੱਚਿਆ ਬਾਦਸ਼ਾਹ ਦਾ ਜੀ ਖੁਸ਼ੀ ਸਾਂਭੀ ਨਹੀਂ ਜਾਂਦੀ ਜਿਹਦਾ ਮਾਲਕ ਨੇ ਬਹੁਤ ਚੰਗੀ ਤਰ੍ਹਾਂ ਸੁਣੀਆ ਜੀ ਨੇੜੇ ਹੋ ਕੇ ਜੀ ਬਹੁਤ ਵਧੀਆ ਚੰਗੀ ਗੱਲ ਹੈ ਜੀ ਕੋਈ ਨਾ ਡਾਕਟਰ ਸਾਹਿਬ ਤੁਹਾਨੂੰ ਦੇਵਾਂਗੇ ਜੀ ਪਾਲਟੀ ਹਾਂਜੀ ਹਾਂ ਤੇ ਕੁਝ ਹੋਰ ਜੀ ਕੋਈ ਆਪਣਾ ਫਰੂਟ ਵਗੈਰਾ ਕਿੰਨੇ ਜੀ ਵੱਧ ਤੋਂ ਵੱਧ ਦੋ ਬਾਈ ਠੀਕ ਹੈ ਜੀ ਇਹਦਾ ਜੀ ਮਾਲਕ ਨੇ ਰਲੇਰਾਂ ਵਾਰੀ ਲਾ ਦਿਆ ਮਾਲਕ ਚੰਗਾ ਜੀ ਡਾਕਟਰ ਸਾਹਿਬ ਠੀਕ ਹੈ ਹੋ ਅੱਜ ਚਿਰਾਂ ਬਾਅਦ ਰੱਬ ਨੇ ਹਸੂਣੀਆਂ ਖਾਲੀ ਕਰ ਦੇਣ ਢੋਲੀ ਲੈ ਉਤਰਾ ਅੰਦਰ ਹੀ ਲੈ ਚੱਲ ਓਏ ਤੂੰ ਉਤਰ ਕੇ ਜਾ ਐਵੇਂ ਬੁੜਕ ਬੜਕ ਜਾਂਦਾ ਹੁੰਦਾ ਮੋਟਰਸਾਈਕਲ ਉਤਰ ਜਾ ਚੱਲ ਕਮਲਾ ਹੋਰ ਉਤਰ ਜਾ ਉਤਰ ਚੱਲ ਹੌਲੀ ਜਾਈ ਆਏ ਓ ਮਾਲਕਾ ਉਹ ਖੜ ਜਾ ਖੜ ਜਾ ਖੜ ਜਾ ਤੂੰ ਨਾ ਡਾਹੀ ਮੰਜਾ ਬੌਲੀ ਹੋਈਆਂ ਮੈਡਾ ਹੂੰ ਬੈਠ ਇੱਥੇ ਚੱਲ ਮੈਂ ਪਾਣੀ ਲੈ ਕੇ ਮੈਂ ਲੈ ਕੇ ਆਉਣਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਦੇਖ ਕੇ ਬੈਠੀ ਕਮਲ ਆਈ ਹੈ ਬਸ ਲੈ ਪਾਣੀ ਪੀ ਹਾਂ ਮੇਰੀ ਗੱਲ ਸੁਣ ਲੈ ਕੋਈ ਬਾਲਟੀ ਨਹੀਂ ਚੱਕਣੀ ਪਾਣੀ ਦੀ ਭਰੀ ਹੋਈ ਨਾਲੇ ਉੱਚੇ ਨੀਵੇਂ ਥਾਂ 'ਚ ਪੈਰ ਨਹੀਂ ਧਰਨਾ ਸਾਰੇ ਕੰਮ ਮੈਂ ਕਰੂੰਗਾ ਜਿੰਨਾ ਤੱਕ ਮੇਰੀ ਸਾਲੀ ਨਹੀਂ ਆਉਂਦੀ ਭਾਪਣੀ ਉਨਾ ਤੱਕ ਮੈਂ ਕਰੂੰ ਮੈਂ ਭਾਪਣੀ ਨੂੰ ਸੱਦ ਲੈਣਾ ਨਾਲੇ ਛੁੱਟੀਆਂ ਨੇ ਉਹਨੂੰ ਨਾਲੇ ਹੁਣ ਤੈਨੂੰ ਮੈਂ ਮੁਰੱਬਾ ਮੁਰੱਬਾ ਲਿਆ ਕੇ ਦਿੰਦਾ ਚੰਗਾ ਕੋਈ ਕੰਮ ਨਹੀਂ ਕਰਨਾ ਤਾਂ ਭਾਰਾ ਬਸ ਮੈਂ ਆਪੇ ਕਰੂੰ ਆਰਾਮ ਨਾਲ ਬਹਿਜਾ ਕਰ ਤੜਕੀ ਉਰੇ ਮੈਂ ਸਾਰਾ ਬਣੇ ਸੁਣੀ ਆਪਣੀ ਹੋਰ ਕਿਤੇ ਹੋਰ ਜਾ ਜਾਂਦੀ ਕਰ ਲੇ ਮੈਂ ਬੀਬੀ ਨੂੰ ਫੋਨ ਲਾਉਣਾ ਹਾਏ ਹਾਏ ਉਹ ਸੱਚਾ ਪਾਤਸ਼ਾਹ ਜੀ ਮੇਰੀ ਸੁਣੀ ਆ ਸਾਰਿਆਂ ਦੀ ਸੁਣੀ ਬੜੀ ਮੁਸ਼ਕਲ ਨਾਲ ਸੁਣੀ ਆ ਰੱਬ ਨੇ ਬਈ ਹੈਲੋ ਬੀਬੀ ਸਤਿ ਸ੍ਰੀ ਅਕਾਲ ਬੀਬੀ ਵਧਾਈਆਂ ਓਏ ਆਪਣੀ ਰੱਬ ਨੇ ਸੁਣਦੀ ਬੀਬੀ ਹਾਂ ਬਸ ਤੂੰ ਐਂ ਕਰੀ ਭਾਪਣੀ ਨੂੰ ਭੇਜਦੀ ਬੀਬੀ ਹੋਰ ਇੱਥੇ ਕੰਮ ਕਾਰ ਕਰਾ ਦਿਆ ਕਰੂ ਹਰਜਿੰਦਰ ਨੂੰ ਡਾਕਟਰ ਨੇ ਕਿਹਾ ਕਹਿੰਦਾ ਵੀ ਤਾਂ ਕੰਮ ਨਹੀਂ ਕਰਨਾ ਭਾਰਾ ਕੁਛ ਚੱਕਣਾ ਨਹੀਂ ਹੈਗਾ ਸਮਾਨ ਹਾਂ ਮੈਂ ਲੈ ਜੂੰਗਾ ਕੋਈ ਨਾ ਇਹਨੂੰ ਭਾਪਣੀ ਨੂੰ ਹੋਰ ਚੰਗਾ ਕਰਨੀ ਆ ਗੱਲ ਹਰਜਿੰਦਰ ਨਾਲ ਚੱਲ ਚੰਗਾ ਫੇਰ ਲਾ ਦੀ ਘੰਟੇ ਨੂੰ ਚੰਗਾ ਬੀਬੀ ਲੈ ਮੈਂ ਭਾਪਣੀ ਨੂੰ ਲੈ ਕੇ ਆਊਂਗਾ ਦੁੱਖ ਦੇ ਨਾਂ 'ਚ ਚੰਗਾ ਠੀਕ ਨਾਲੇ ਮੈਂ ਜਾਂਦਾ ਗਾ ਉੱਥੇ ਸੁਨਾਮ ਮੈਂ ਮੁਰੱਬਾ ਮੁਰੱਬਾ ਲਿਆਉਣਾ ਗਾ ਚੰਗਾ ਕੋਈ ਕੰਮ ਨਹੀਂ ਕਰਨਾ ਤਾਂ ਨਾਲੇ ਭਾਰਾ ਮੈਂ ਆਪੇ ਕਰ ਦਿਆ ਗੁਰੂ ਸਾਰਾ ਬਸ ਗੱਲਾਂ ਰੋਟੀਆਂ ਰੋਟੀਆਂ ਲਾ ਲਿਆ ਕਰ ਹੇ ਸੱਚਿਆ ਪਾਤਸ਼ਾਹ ਜਿਵੇਂ ਤਾਂ ਮੇਰੀ ਸੁਣੀ ਆ ਨਾ ਸਾਰਿਆਂ ਦੀ ਸੁਣੀ ਬੈੜੀ ਦੀ ਵੀ ਸੁਣੀ ਮਾਲਕਾ ਜਿਹਾ ਜਿਹਾ ਮੇਰਾ ਘਰ ਵਸਾਇਆ ਗਾ ਹੇ ਸੱਚਿਆ ਪਾਤਸ਼ਾਹ ਚੰਗਾ
क्यों जैसा की कहना डॉक्टर जस की कहना डॉक्टर हुए भाभी ठीक है तेरी नाले की न्याणा होया हुए हैं दस दे मुंडा हुए हाय वो शुक्र है सच्चे पातशाह दा मसा सुनिया भाई मेरी रब ने हुए नाले तू आए मुझे क्यों लटकाया तेनू की हो गया वो दस दे ना हुए हैं मुंडा मरिया हुआ मरिया हुआ चल कोई ना जैसा रब दी दात थी भाई ले गया अब दी वापसा जे बाहे गुरु दी मेर हुई फिर दात बख्शूगा हुण कदे कुछ नहीं होना क्यों डॉक्टर कहंदे भाभी दोबारा मां नहीं बन सकदी जल मरदानिया तू रंग करतार दे खुद मर जांदे जेड़े दूजियां नू मार दे आ, 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 आ,